29 ਤਰੀਕ ਨੂੰ ਦੋ ਜ਼ਿਲ੍ਹੇ ਚੁਣੇ ਗਏ। ਲੁਧਿਆਣਾ ਵਿੱਚ 27, 28 ਅਤੇ 29 ਨੂੰ ਕੋਰੋਨਾ ਵੈਕਸੀਨ ਦਾ ਡਰਾਈ ਰਨ ਟ੍ਰਾਇਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮੁਤਾਬਕ ਇਹ ਕੋਰੋਨਾ ਦਾ ਅਸਲ ਵੈਕਸੀਨ ਨਹੀਂ ਹੈ, ਇਹ ਸਿਰਫ ਇੱਕ ਮੌਕ ਡਰਿਲ ਹੋਵੇਗੀ ਜਿਸ ਦੇ ਤਹਿਤ ਟੀਕੇ ਲਗਾਉਣ ਸਮੇਂ ਇਹੋ ਜਿਹੀਆਂ ਸਾਰੀਆਂ ਪ੍ਰਕਿਰਿਆਵਾਂ ਵਰਤੀਆਂ ਜਾਣਗੀਆਂ। ਲੁਧਿਆਣਾ ਜ਼ਿਲ੍ਹੇ ਵਿੱਚ 7 ਥਾਵਾਂ ਉੱਤੇ ਇਹ ਡਰਾਈ ਰਨ ਟ੍ਰਾਇਲ ਮੈਡੀਕਲ ਸਟਾਫ ਅਤੇ ਕੋਲਡ ਚੇਨ ਸਹਿਤ ਕੀਤਾ ਜਾਵੇਗਾ, ਜਿਸ ਵਿੱਚ 25-25 ਸਿਹਤ ਕਰਮਚਾਰੀਆਂ ਦਾ ਸਮੂਹ ਹੋਵੇਗਾ। ਇਸ ਪੂਰੇ ਮਾਮਲੇ ਸੰਬੰਧੀ ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਾਣਕਾਰੀ ਦਿੱਤੀ। 29 ਤਰੀਕ ਨੂੰ ਦੋ ਜ਼ਿਲ੍ਹੇ ਚੁਣੇ ਗਏ ਨੇ, ਉਹਨਾਂ 'ਚ ਇੱਕ ਲੁਧਿਆਣਾ ਵੀ ਹੈ, ਲੁਧਿਆਣਾ ਔਰ SBS ਨਗਰ 'ਚ। ਡਰਾਈ ਰਨ ਦੇ ਵਿੱਚ ਐਕਚੁਅਲ ਵੈਕਸੀਨ ਨਹੀਂ ਆਏਗੀ, ਬਟ 7 ਲੋਕੇਸ਼ਨ ਦੇ ਉੱਪਰ ਅਸੀਂ ਆਪਣਾ ਜਿਹੜਾ ਮੈਡੀਕਲ ਸਟਾਫ ਔਰ ਪੂਰਾ ਕੋਲਡ ਚੇਨ ਦਾ ਜੋ ਵੀ ਹੈਗੀ ਹੈ ਐਕਚੁਅਲ ਡਰਿਲ ਕਰਾਂਗੇ। ਉਸ ਤਰ੍ਹਾਂ ਹੀ ਅਸੀਂ ਕੈਰੀ ਵੀ ਕਰਾਂਗੇ ਬੋਕਸਿਸ ਨੂੰ, ਔਰ 25-25 ਜਣੇ ਜਿਹੜੇ ਹੈਲਥ ਵਰਕਰ ਹੈਗੇ ਨੇ ਜਿਹੜੇ ਕਿ ਆਲਰੇਡੀ ਰਜਿਸਟਰਡ ਨੇ ਉੱਥੇ ਜਾਣਗੇ, ਉਹਨਾਂ ਦਾ ਨਾਮ ਚੈੱਕ ਕਰਕੇ ਉਸ ਤਰ੍ਹਾਂ ਹੀ ਟਿੱਕ ਵੀ ਹੋਏਗਾ। ਪੂਰਾ ਇਹ ਡਰਾਈ ਰਨ ਵਿਲ ਬੀ ਲਾਈਕ ਐਕਚੁਅਲ ਐਕਸਰਸਾਈਜ਼, ਔਰ ਇਸੇ ਕਰਕੇ ਹੀ ਹੈਗਾ ਕਿ ਅਸੀਂ ਅਸਲ ਦੀ ਤਿਆਰੀ ਕਰ ਸਕੀਏ। ਡੇਜ ਜਿਹੜਾ 0 ਹੈਗਾ, ਮੀਨਸ 27 ਸੰਡੇ ਹੈ, ਉਸ ਦਿਨ ਅਸੀਂ ਇਹਦੀ ਪੂਰੀ ਤਿਆਰੀ ਕਰਾਂਗੇ। ਆਲਰੇਡੀ ਸਾਡੀ ਡਿਸਟ੍ਰਿਕਟ ਟਾਸਕ ਫੋਰਸ ਦੀਆਂ ਮੀਟਿੰਗਸ ਹੋ ਚੁੱਕੀਆਂ ਨੇ। 27 ਤਰੀਕ ਨੂੰ ਜਿਹੜਾ ਹੈਗਾ ਐਕਚੁਅਲ ਆਉਣਗੇ ਔਰ ਪੂਰੀ ਐਕਸਰਸਾਈਜ਼ ਹੋਏਗੀ। ਬਟ ਇਸ 'ਚ ਮੈਂ ਸਪਸ਼ਟ ਕਰ ਦੇਵਾਂ ਕਿ ਜੋ ਲੋਕ ਰਜਿਸਟਰਡ ਨੇ ਔਰ ਜਿਨ੍ਹਾਂ ਦਾ ਉਸ ਲਿਸਟ 'ਚ ਨਾਮ ਹੈ, ਬਾਹਰ ਸਿਕਿਉਰਿਟੀ ਸਟਾਫ ਉਹਨਾਂ ਲੋਕਾਂ ਦੀ ਹੀ ਐਂਟਰੀ ਕਰੇਗਾ ਲਿਸਟ 'ਚੋਂ ਦੇਖ ਕੇ, ਔਰ ਉਹ ਲਿਸਟ ਦੇ ਅਗੇਂਸਟ ਹੀ ਦਵਾਈ ਜਿਹੜੀ ਆਏਗੀ ਔਰ ਉਹੀ ਲੱਗੇਗੀ। ਸਰ, ਪੰਜਾਬ ਸਰਕਾਰ ਨੇ 2 ਜ਼ਿਲ੍ਹੇ ਸਿਲੈਕਟ ਕੀਤੇ, SBS ਨਗਰ ਅਤੇ ਲੁਧਿਆਣਾ। ਸਰ, ਲੁਧਿਆਣਾ ਵੀ ਕਿੰਨੇ ਸਰ ਮਤਲਬ ਸੈਂਟਰ ਹੋਣਗੇ? ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਹੈ ਕੋਲਡ ਚੇਨ ਦੇ 67 ਅਸੀਂ ਪੁਆਇੰਟਸ ਬਣਾਏ ਨੇ, ਬਟ ਉਹ ਤਾਂ ਦਵਾਈ ਰੱਖਣ ਲਈ ਨੇ ਕੋਲਡ ਚੇਨ ਦੇ ਵਿੱਚ, ਕਿਉਂਕਿ ਠੰਡੇ ਟੈਂਪਰੇਚਰ 'ਤੇ ਰੱਖਣੀ ਹੈ। ਬਟ ਜਿਹੜੇ ਸਰਵਿਸ ਸਟੇਸ਼ਨ ਨੇ ਜਿੱਥੇ ਐਕਚੁਅਲ ਟੀਕੇ ਲੱਗਣੇ ਆ, ਉਹ 805 ਨੇ। ਉਹਦੇ ਵਿੱਚ ਸਰਕਾਰੀ ਹਸਪਤਾਲ ਵੀ ਹੋਣਗੇ, ਪ੍ਰਾਈਵੇਟ ਹਸਪੀਟਲ ਵੀ ਹੋਣਗੇ, ਔਰ ਹੋਰ ਜਨਤਕ ਥਾਵਾਂ 'ਤੇ ਵੀ ਜਿਹੜਾ ਹੈਗਾ ਉਹ ਹੋਏਗਾ। ਔਰ ਸਾਡੀ ਤਿਆਰੀ ਪੂਰੀ ਹੈ, ਜਿੱਦਾਂ ਹੀ ਕੇਂਦਰ ਸਰਕਾਰ ਵੱਲੋਂ ਇਹ ਦਵਾਈ ਆਉਂਦੀ ਹੈ, ਅਸੀਂ ਇਮੀਡੀਏਟਲੀ ਇਹ ਲਗਾਉਣਾ ਸ਼ੁਰੂ ਕਰ ਦਾਂਗੇ। ਬਟ ਪਹਿਲਾਂ ਜਿਹੜੀ ਸਭ ਤੋਂ ਪਹਿਲੇ ਦੌਰ 'ਚ ਲੱਗੇਗੀ ਉਹ ਡਾਕਟਰਸ, ਮੈਡੀਕੋਸ ਔਰ ਉਹਨਾਂ ਦਾ ਜਿਹੜਾ ਸਟਾਫ ਹੈ ਉਹਨੂੰ, ਔਰ ਆਂਗਨਵਾੜੀ ਵਰਕਰਾਂ ਨੂੰ। ਦੂਜੇ ਦੌਰ ਦੇ ਵਿੱਚ ਜਿਹੜਾ ਹੈਗਾ ਪੁਲਿਸ ਐਂਡ ਸੈਨੀਟੇਸ਼ਨ ਵਰਕਰਸ, ਫਿਰ ਉਸ ਤੋਂ ਬਾਅਦ ਜਿਹੜੇ ਫਰੰਟ ਲਾਈਨ ਵਰਕਰਸ ਨੇ ਜਿਸ 'ਚ ਡਿਫਰੈਂਟ ਡਿਪਾਰਟਮੈਂਟਸ ਦੇ ਲੋਕ ਨੇ, ਫਿਰ ਚੌਥੇ ਰਾਊਂਡ ਦੇ ਵਿੱਚ ਜਿਹੜਾ ਹੈਗਾ 50 ਸਾਲ ਤੋਂ ਉੱਪਰ ਦੇ ਲੋਕਾਂ ਨੂੰ, ਫਿਰ ਉਸ ਤੋਂ ਅੱਗੇ 50 ਸਾਲ ਤੋਂ ਥੱਲੇ ਉਹ ਲੋਕ ਜਿਹੜੇ ਕਿ ਕਿਸੇ ਗੰਭੀਰ ਬਿਮਾਰੀਆਂ ਜਾਂ ਕੋਮਾਰਬਿਡ ਕੰਡੀਸ਼ਨਸ ਦੇ ਨਾਲ ਗ੍ਰਸਤ ਨੇ। ਉਸ ਤੋਂ ਬਾਅਦ ਫਿਰ ਔਨ ਰਜਿਸਟ੍ਰੇਸ਼ਨ ਜਿਹੜਾ ਹੈਗਾ ਇਹ ਆਮ ਲੋਕਾਂ ਤੱਕ ਵੀ ਪਹੁੰਚੇ। ਸਰ, ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਕਿ ਖਾਸ ਟੈਂਪਰੇਚਰ ਚਾਹੀਦਾ, 0 ਡਿਗਰੀ ਤੋਂ ਥੱਲੇ ਟੈਂਪਰੇਚਰ ਲਿਆ ਜਾਵੇ, ਕਿੱਦਾਂ ਦੇ ਇੰਤਜ਼ਾਮ ਹੁੰਦੇ ਵਾਸਤੇ? ਉਹਦੇ ਲਈ ਪੰਜਾਬ ਸਰਕਾਰ, ਕਿਉਂਕਿ ਡਿਫਰੈਂਟ ਵੈਕਸੀਨੇਸ਼ਨ ਪ੍ਰੋਗਰਾਮਸ ਪਹਿਲਾਂ ਹੀ ਚਲਾਉਂਦੀ ਹੈ, ਸਾਡੇ ਕੋਲਡ ਚੇਨ ਬਣੇ ਹੋਏ ਆ, ਫਰਿੱਜ ਔਰ ਡੀਪ ਫਰੀਜ਼ਰਸ ਵਗੈਰਾ ਹੈਗੇ ਨੇ, ਜਦੋਂ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਹੈਗਾ ਉਸ ਵੇਲੇ ਜਿਹੜਾ ਹੈਗਾ ਉਹ ਕੋਲਡ ਬੋਕਸਿਸ, ਕੋਲਡ ਚੇਨ ਨੂੰ ਪੂਰਾ ਮੇਨਟੇਨ ਕੀਤਾ ਜਾਏਗਾ। ਉਹਦੀ ਹੀ ਡਰਾਈ ਰਨ ਅਸੀਂ ਜਿਹੜਾ ਹੈਗਾ ਐਤਵਾਰ, ਸੋਮਵਾਰ ਅਤੇ ਮੰਗਲਵਾਰ 3 ਦਿਨ ਕਰ ਰਹੇ ਹਾਂ।